بسم اللہ الرحمن رحمان الرحمٰن شیشم سے اللہ سنتے دے اسم یا تواب دے بارے ذکر کرنا گا تواب دا معنی ہے تبا قبول کرنے والا اللہ سونا بہت ہی رحیم و کریم ہے اللہ سونے توبہ دروازہ کیمر تک کھلا رکھے اللہ سونا چاہتا ہے کہ میرے بندے اگر خدا گناہ غلطیاں ہوئی ہیں وہ میری بارگاہ حاضر ہو کے سچے دل نہ تبہ تسو کرنا ਤੇ ਜਿਹੜਾ ਵੀ ਸੱਚੇ ਦਿਲ ਨਾਲ ਤਬਾ ਕਬੂਲ ਕਰਦਾ ਅੱਲਾ ਸੁਣਾ ਉਹਨੂੰ ਮਾਫਰ ਬਣਾਦਾ ਬਲਕਿ ਉਹਦੇ ਗੁਨਾਹਾਂ ਨੂੰ ਲਿਖੀ ਬਣਾ ਕੇ ਉਹਨੂੰ ਅੱਲਾ ਸੁਣਾ ਇਨਾਮ ਦਿੰਦਾ ਜਿਹੜਾ ਸ਼ਖਸ ਵੀ ਦੁਨੀਆ ਤਰ ਜ਼ਿਆਦਾ ਰਗ ਰਵੇ ਗੁਨਾਹਾਂ ਤੇ ਰਗ ਰਹਿਣਾ ਚਾਹੀਦਾ ਨਮਾਜ਼ੇ ਸ਼ਰਾਕ ਤੋਂ ਬਾਅਦ 40 ਵਾਰੀ ਇਸ ਇਸਮ ਨੂੰ ਯਾਤਵਾ ਬੋਰ ਉੱਪਰ ਕੇ ਪੜ ਕੇ ਪੜ ਕੇ ਦਮ ਕਰਕੇ 40 ਤੱਕ ਪਿੰਦਾ ਰਵੇ ਇਨਸ਼ਾ ਅੱਲਾ ਉਹ ਤਬਾ ਤਨਸੂਦੀ ਤੌਫੀਕਾ ਨਸੀਬ ਹੋਏਗੇ ਅਗਰ ਕਿਸੇ ਨੂੰ ਹਾਜਤ ਅਦਰ ਪੇਸ਼ ਆਉਣੀ ਚਾਹੀਦਾ ਕਿ ਜੁਮੇੜ ਦੇ ਦਿਨ ਰੋਜ਼ਾ ਰੱਖੇ ਨਮਾਜ਼ ਜੁਮਾ ਤੋਂ ਬਾਅਦ ਇਸ ਇਸਮ ਯਾ ਤਵਾਬ ਹੋਰ 505 ਵਾਰੀ ਪੜ੍ਹੇ ਸਤ ਜੁਵੇ ਇਹ ਵਾਲ ਕਰੇ ਇਨਸ਼ਾਅੱਲਾ ਉਹਦੀ ਹਰ ਤਰ੍ਹਾਂ ਦੀ ਹਾਜਤ ਪੂਰੀ ਹੋ ਜਾਏਗੀ ਅਗਰ ਕਿਸੇ ਦੇ ਕੋਈ ਕੰਮਾਂ ਦੇ ਵਿੱਚ ਰੁਕਾਵਟਾਂ ਵੱਡੀਆਂ ਨੇ تو چاہیے یا تباب وہ چالی واری لے کے تعویز بنائے اور چالی باری پڑھ کے دم کرے اور تعویز اپنے کور رکھے انشاءاللہ ان کمہ دے اندر رکابتہ جڑی دور ہو جانے گیا اگر کوئی پانسو پانچ باری روزانہ آئے اس اسم یا انہوں پڑھ پڑھنا رہے گا انشاءاللہ شاء آفات و بلیاد تو محفوظ رہے گا اور آتے ہیں ਉਦੇ ਤੋਂ ਉਹਨੂੰ ਗਲਬਾ ਰਹੇਗਾ ਉਹਦਾ ਦੁਸ਼ਮਣ ਹਮੇਸ਼ਾ ਹਰ ਮੈਦਾਨ 'ਚ ਨਾ ਕਹਾ ਮੋਹਣਗੇ ਔਰ ਉਹਦਾ ਖਾ ਇੱਕ ਕਦਮ ਜਿਹੜਾ ਵੀ ਮਾਨਤੇ ਹੋਏਗਾ ਔਰ ਉਹਦੇ ਉਧਰ ਨੈਗੇਟਿਵ ਊਰਜਾ ਜਲ ਜਲ ਕੇ ਅੰਦਰੀ ਪੈਦਾ ਹੋਣਗੇ ਔਰ ਉਹਦੇ ਜਿਸਮ ਦਾ ਲੋਰੀ ਹਾਲਾ ਜਿਹੜਾ ਗੈਰ ਵਰੇ ਲਤੀਫ ਹਾਲਾ ਉਹ ਮਜ਼ਬੂਤ ਹੋਏਗਾ ਦੀ ਰੇਂਜ ਜੜੀਓ ਵੱਜ ਜਾਏਗੀ ਅੱਲਾਹੁ ਅਕਬਰ ਕਬੀਰਾ